ਲੁਧਿਆਣਾ ਪੁਲਿਸ ਨੇ ਚੋਰ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਫਸਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਵਿੱਚੋਂ ਇੱਕ ਜਤਿੰਦਰ ਕੁਮਾਰ ਰਾਏਕੋਟ ਦਾ ਰਹਿਣ ਵਾਲਾ ਹੈ, ਜਦਕਿ ਦੂਜਾ ਆਰੋਪੀ ਰਾਹੁਲ ਸ਼ਰਮਾ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ। ਇਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹਨਾਂ ਕੋਲੋਂ ਕਰੀਬ 22 ਤੋਲੇ ਸੋਨਾ, 22,000 ਦੀ ਨਕਦੀ, ਇੱਕ LED TV ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਅਸੀਂ 2 ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਹਨ, ਜਤਿੰਦਰ ਕੁਮਾਰ ਅਤੇ ਰਾਹੁਲ, ਜਿਹੜਾ ਸਾਡੇ ਇੱਕ 16 ਤਰੀਕ ਨੂੰ ਇੱਕ ਮੁਕੱਦਮਾ ਨੰਬਰ 30 ਅੰਡਰ ਸੈਕਸ਼ਨ 457-380 ਦਰਜ ਹੋਇਆ ਸੀ, PS ਸਦਰ ਲੁਧਿਆਣਾ। ਅਤੇ ਉਹਦੇ ਵਿੱਚ ਇੰਸਪੈਕਟਰ ਸੁਖਦੇਵ ਸਿੰਘ ਹੋਰਾਂ ਨੇ ਜਿਹੜਾ ਮੁਕੱਦਮਾ ਦਰਜ ਕੀਤਾ, ਉਹਦੇ ਵਿੱਚ ਜਿਹੜਾ ਬੜੇ ਵਧੀਆ ਇਹਨਾਂ ਨੇ ਮਿਹਨਤ ਕਰਕੇ ਜਿਹੜਾ 2 ਵਿਅਕਤੀਆਂ ਜਿਹੜਾ ਗ੍ਰਿਫਤਾਰ ਕੀਤਾ, ਉਹਨਾਂ ਦੇ ਕੋਲੋਂ ਜਿਹੜਾ 100% ਰਿਕਵਰੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਉਸ ਵਿਅਕਤੀ ਦੇ ਘਰ ਤੋਂ 22.5 ਤੋਲੇ ਕਰੀਬ ਸੋਨਾ ਚੋਰੀ ਕੀਤਾ ਸੀ, LCD ਕੀਤੀ ਸੀ, ਨਕਦੀ ਕੀਤੀ ਸੀ। ਜਿਹੜਾ ਇਹਨਾਂ ਨੇ ਉਸ ਘਰ ਦਾ ਦੇਖ ਕੇ ਵੀ ਇਹ ਘਰ ਬੰਦ ਆ, ਇਹੀ ਇਹਨਾਂ ਦੀ ਮੋਡਸ ਓਪਰੈਂਡੀ ਸੀ ਵੀ ਇਹ ਘਰ ਨੂੰ ਬਾਹਰ ਦੇਖਦੇ ਸੀ, ਲੌਕ ਲੱਗਿਆ ਹੋਇਆ, ਤਾਂ ਉਹਦੀ ਰੈਕੀ ਕਰਕੇ ਉਸੇ ਘਰ 'ਤੇ ਅਟੈਂਪਟ ਕਰਦੇ। ਨਸ਼ੇ ਦੇ ਵੀ ਇਹ ਨਸ਼ੇ ਦਾ ਆਦੀ ਹੈ ਜੀ। ਔਰ ਆਲਰੇਡੀ ਜਿਹੜਾ ਜਤਿੰਦਰ ਸਿੰਘ ਇਹਨਾਂ 'ਚ ਜਿਹੜਾ ਰਾਏਕੋਟ ਦਾ ਰਹਿਣ ਵਾਲਾ, ਇਹਦੇ ਖਿਲਾਫ਼ ਪਹਿਲੋਂ ਵੀ 9 ਮੁਕੱਦਮੇ ਜਿਹੜਾ ਆਲਰੇਡੀ ਦਰਜ ਹੈ, ਜਿਹੜਾ ਜੇਲ੍ਹ ਤੋਂ ਜ਼ਮਾਨਤ 'ਤੇ ਹੈ, ਜੋ ਕਰੀਬ 1 ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਵਾਪਸ ਆਇਆ। ਜਿਹੜਾ ਦੂਸਰਾ ਉਹ ਲੁਧਿਆਣਾ ਦਾ ਰਹਿਣ ਵਾਲਾ, ਉਹਦੇ ਹਜੇ ਫਿਲਹਾਲ ਉਹਦੇ ਖਿਲਾਫ਼ ਤੋਂ ਮੁਕੱਦਮਾ ਨਹੀਂ ਹੈ ਦਰਜ, ਬਟ ਉਹਦਾ ਇਹ ਦੇਖਿਆ ਜਾਏਗਾ ਕਿ ਇਹਦੇ ਨਾਲ ਰਲ ਕੇ ਉਹਨੇ 1 ਮਹੀਨੇ 'ਚ ਕਿੱਥੇ ਕਿੱਥੇ ਵਾਰਦਾਤ ਕੀਤੀ ਹੈ, ਹੋਰ ਕੀ ਕੀਤਾ। ਦੇਖੋ, 22 ਤੋਲੇ ਤਾਂ ਸੋਨਾ ਹੀ ਜਿਹੜਾ ਰਿਕਵਰ ਕੀਤਾ, ਪਲੱਸ ਉਹਦੀ LCD ਰਿਕਵਰ ਕੀਤੀ ਹੈ, ਇੱਕ 20,000 ਰੁਪਇਆ ਕੀਤਾ, ਪਲੱਸ ਇੱਕ ਇਹਨਾਂ ਕੋਲ ਕਾਰ ਜਿਹੜੀ ਬਰਾਮਦ ਹੋਈ ਹੈ। ਕਾਰ ਦਾ ਜਿਹੜਾ ਹੁਣ ਜਿਹੜੀ ਆਰਟਿਕਾ ਕਾਰ ਇਹਨਾਂ ਕੋਲ ਬਰਾਮਦ ਹੋਈ ਹੈ, ਉਹਦਾ ਹਜੇ ਦੇਖਣਾ ਵੀ ਉਹਦਾ ਰਿਕਾਰਡ ਦੇਖਾਂ ਕਿ ਇਹ ਉਹ ਕਾਰ ਚੋਰੀ ਦੀ ਤਾਂ ਨਹੀਂ, ਅਤੇ ਮੇ ਬੀ ਜਿਵੇਂ ਦਾ ਇਹਨਾਂ ਦਾ ਰਿਕਾਰਡ ਹੈ, ਇਹ ਕਾਰ ਵੀ ਚੋਰੀ ਹੋਣ ਦੇ ਆਸਾਰ ਹੈਗੀਆਂ ਵੀ ਚੋਰੀ। ਲੁਧਿਆਣਾ ਵਿਊ।